ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਿਹਾ ਕਰਦਾ ਸੀ ਕਹਿੰਦੇ ਉਹਨੇ ਰੋਜ਼ ਲੱਕੜਾਂ ਵੱਢ ਕੇ ਲੈ ਕੇ ਆਇਆ ਕਰਨੀਆਂ ਤੇ ਆ ਕੇ ਨਗਰ ਵਿੱਚ ਵੇਚ ਦਿਆ ਕਰਨੀਆਂ ਕਹਿੰਦੇ ਉਸ ਦੇ ਨਾਲ ਉਹਨੂੰ ਸਿਰਫ ਦੋ ਸਮੇਂ পেট ਭਰ ਕੇ ਖਾਣਾ ਹੀ ਮਿਲਦਾ ਸੀ ਕਹਿੰਦੇ ਜ਼ਿੰਦਗੀ ਦੀਆਂ ਹੋਰ ਵੀ ਜ਼ਰੂਰਤਾਂ ਸਨ ਕਹਿੰਦੇ ਉਹ ਉਹਨੂੰ ਸੋਚਣ ਲੱਗਾ ਵੀ ਉਹਨਾਂ ਜ਼ਰੂਰਤਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ ਉਹ ਚਾਹੁੰਦਾ ਸੀ ਕਿ ਜਦੋਂ ਉਹਦੀ ਔਲਾਦ ਵੱਡੀ ਹੋਵੇ ਤੇ ਉਹਨਾਂ ਨੂੰ ਇਹ ਲੱਕੜਾਂ ਦਾ ਕੰਮ ਨਾ ਕਰਨਾ ਪਵੇ ਉਹਨੇ ਇੱਕ ਦਿਨ ਸੋਚਿਆ ਵੀ ਜਿੰਨੀਆਂ ਲੱਕੜਾਂ ਵੱਢ ਕੇ ਲੈ ਕੇ ਆਉਣਾ ਉਸ ਤੋਂ ਦੁੱਗਣੀਆਂ ਲੈ ਕੇ ਆਇਆ ਕਰਾਂਗਾ ਪਰ ਜਿਹੜਾ ਹਿੱਸਾ ਵੱਧ ਹੋਏ ਕਰੇਗਾ ਉਸ ਨੂੰ ਮੈਂ ਇੱਕ ਅਲੱਗ ਥਾਂ ਤੇ ਰੱਖ ਦਿਆ ਕਰਾਂਗਾ ਅੱਜ ਜਦੋਂ ਸਵੇਰ ਹੋਈ ਲੱਕੜਾਂ ਵੱਢਣ ਗਏ ਤਾਂ ਉਹਨੇ ਜੋ ਲੱਕੜਾਂ ਦੇ ਦੋ ਗੱਠੇ ਵੱਡੇ ਇੱਕ ਗੱਠੇ ਨੂੰ ਤਾਂ ਵੇਚ ਕੇ ਘਰ ਦਾ ਰਾਸ਼ਨ ਪਾਣੀ ਲੈ ਕੇ ਆਇਆ ਤੇ ਇੱਕ ਗੱਠੇ ਨੂੰ ਵੇਚ ਕੇ ਘਰ ਦੇ ਇੱਕ ਕੋਨੇ ਵਿੱਚ ਚੋਰੀ ਉਹਨੇ ਪੈਸੇ ਰੱਖ ਦਿੱਤੇ ਆਪਣੀ ਘਰਵਾਲੀ ਨੂੰ ਵੀ ਉਸ ਬਾਰੇ ਨਾ ਦੱਸਿਆ ਹੁਣ ਰੋਜ਼ ਉਸ ਥਾਂ ਤੇ ਉਹ ਥੋੜੇ ਥੋੜੇ ਕਰਕੇ ਤੇ ਪੈਸੇ ਰੱਖਣ ਲੱਗਾ ਲਗਭਗ 1 ਸਾਲ ਦਾ ਸਮਾਂ ਜਿਹੜਾ ਸੀ ਉਹ ਲੰਘ ਗਿਆ ਕਹਿੰਦੇ ਇੱਕ ਦਿਨ ਕਹਿੰਦੇ ਰੁੱਖ ਤੇ ਚੜ ਕੇ ਤੇ ਉਹ ਲੱਕੜਾਂ ਵੱਢਣ ਦਿਆ ਸੀ ਕਹਿੰਦੇ ਤਿੱਖੜ ਦੁਪਹਿਰ ਦਾ ਸਮਾਂ ਸੀ ਉਹ ਦੇਖਦਾ ਹੈ ਵੀ ਨਾਲ ਦੇ ਨਗਰ ਦਾ ਸੇਠ ਉਹਦੇ ਵੱਲ ਭੱਜ ਕੇ ਆਉਣ데요। ਉਹਨੂੰ ਭੱਜਦਾ ਆਉਂਦਾ ਦੇਖ ਕੇ ਉਹ ਥੱਲੇ ਉਤਰ ਆਇਆ ਕਿਉਂਕਿ ਉਹ ਜੰਗਲ ਦੇ ਵਿੱਚ ਜਾ ਕੇ ਲੱਕਣਾ ਵੱਢ ਕੇ ਲੈ ਕੇ ਆਇਆ ਕਰਦਾ ਸੀ। ਉਹਨੇ ਦੇਖਿਆ ਵੀ ਮੇਰੇ ਤੋਂ ਬਿਨਾ ਇੱਥੇ ਕੋਈ ਨਹੀਂ ਆਉਂਦਾ ਪਰ ਇਹ ਸੇਠ ਇੱਥੇ ਕਿਉਂ ਭੱਜ ਕੇ ਆਉਣ데요? ਕਹਿੰਦੇ ਉਹ ਜਲਦੀ ਦੇ ਨਾਲ ਥੱਲੇ ਉਤਰ ਕੇ ਆ ਗਿਆ। ਉਹਨੇ ਸੇਠ ਨੂੰ ਪੁੱਛਿਆ ਵੀ ਸੇਠ ਕੀ ਹੋਇਆ? ਸੇਠ ਨੇ ਕਿਹਾ ਵੀ ਮੇਰੇ ਪਿੱਛੇ ਨਾ ਜਿਹੜੇ ਡਾਕੂ ਪਏ ਹੋਏ ਨੇ। ਤੇ ਉਹਨਾਂ ਡਾਕੂਆਂ ਤੋਂ ਬਚਦਾ ਹੋਇਆ ਮੈਂ ਇੱਥੇ ਆਇਆ ਵਾ ਉਹ ਹਜੇ ਵੀ ਮੇਰੇ ਪਿੱਛੇ ਆਉਣਦੇ ਨੇ ਮੈਂ ਉਹ ਸਾਹਮਣੇ ਰੁੱਖ ਦੇ ਪਿੱਛੇ ਲੁਕਣ ਲੱਗਾ ਵਾ ਜੇ ਤੇਰੇ ਤੋਂ ਪੁੱਛਣ ਤੇ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੂੰ ਉਹਨਾਂ ਨੂੰ ਮੇਰੇ ਬਾਰੇ ਕੁਝ ਨਾ ਦਸੀ ਕਹਿੰਦਾ ਜੀ ਠੀਕ ਹੈ ਉਹ ਇੰਨਾ ਕਹਿ ਕੇ ਦੁਬਾਰਾ ਰੁੱਖ ਤੇ ਚੜ ਕੇ ਤੇ ਲੱਕਣਾ ਵੱਡਣ ਲੱਗ ਗਿਆ ਉਹ ਐਨੀ ਬੇਧਿਆਨੀ ਨਾਲ ਵੱਡਣ ਲੱਗ ਗਿਆ ਵੀ ਜਿਵੇਂ ਮੈਨੂੰ ਕੁਝ ਪਤਾ ਨਹੀਂ ਹੈਗਾ ਕੁਝ ਸਮਾ ਲੰਗਾ ਤੇ ਡਾਕੂ ਉਹਦੇ ਪਿੱਛੇ ਆਗੇ डाकू ओथे आके कहंदे वी एथों तू कोई भजदा नाश्ता कोई देखया? उने कहया जी नहीं मैं ता अपने ध्यान लगा होया लक्कड़ा वडदा पया। उने कहया वी पहला तू ਥੱਲੇ ਆ। ओ ਥੱਲੇ ਆਇਆ। उनु कहंदे वी जेकर सानू ਪਤਾ ਲਗਾ ਵੀ ਤੂੰ ਕਿਸੇ ਨੂੰ ਇਥੋਂ ਭਜ ਦੇਵੇ ਕਿ ਪਰ सानू ਨਹੀਂ ਦੱਸ ਰਿਆ ਤੇ ਦੇਖ ਲੈ तू ਆਪਣੇ ਪ੍ਰਾਣਾ ਤੋਂ ਹੱਥ ਤੋਂ ਬੈਠੇਗਾ। ਕਹਿੰਦਾ ਜੀ ਮੈਨੂੰ ਝੂਠ ਬੋਲਣ ਦੀ ਕੀ ਜ਼ਰੂਰਤ ਪਈਏ? ਮੈਂ ਲੱਕੜਾ ਵੜ ਕੇ ਉਂਜ ਆਪਣੇ ਘਰ ਦਾ ਗੁਜ਼ਾਰਾ ਕਰਦਾ। ਤੇ ਝੂਠ ਬੋਲ ਕੇ ਤੁਹਾਨੂੰ ਕੀ ਲਵਾਗਾ ਉਹ ਕਹਿੰਦੇ ਫਿਰ ਵੀ ਧਿਆਨ ਰੱਖੀ ਜੇ ਪਤਾ ਲੱਗਾ ਤੂੰ ਝੂਠ ਬੋਲਿਆ ਤੇ ਤੂੰ ਆਪਣੇ ਪ੍ਰਾਣਾ ਤੋਂ ਜਾਏਗਾ ਉਹਨੇ ਕਿਹਾ ਜੀ ਠੀਕ ਹੈ ਐਨਾ ਕਹਿ ਕੇ ਧਮਕਾ ਕੇ ਤੇ ਚਲੇ ਗਏ ਉਹ ਦੁਬਾਰਾ ਰੁੱਖ ਦੇ ਉੱਤੇ ਚੜ ਗਿਆ ਐਨੇ ਨੂੰ ਜਦੋਂ ਪਤਾ ਲੱਗ ਗਿਆ ਵੀ ਟਾਪਾਂ ਦੀ ਆਵਾਜ਼ ਦੂਰ ਚਲੀ ਗਈ ਹੈ ਤੇ ਉਹ ਥੱਲੇ ਰੁੱਖ ਤੋਂ ਉਤਰਿਆ ਤੇ ਉਹ ਸੇਡ ਤੇ ਕੋਲ ਗਿਆ ਕਿ ਐ ਸੇਡ ਇਹ ਤੇਰੇ ਪਿੱਛੇ ਕਿਉਂ ਲੱਗੇ ਹੋਏ ਨੇ ਕਿਹਾ ਅੱਜ ਤਿੱਖੜ ਦੁਪਹਿਰੇ ਇਹ ਨਗਰ ਦੀਆਂ ਸਾਰੀਆਂ ਦੁਕਾਨਾਂ ਨੂੰ ਲੁੱਟਦੇ ਪਏ ਸਨ ਕਹਿੰਦੇ ਮੈਨੂੰ ਉਸ ਸਮੇਂ ਤੱਕ ਪਤਾ ਲੱਗ ਗਿਆ ਸੀ ਨੇ ਆਪਣੀ ਜੀਵਨ ਦੀ ਸਾਰੀ ਪੂੰਜੀ ਇਸ ਪੋਟਲੀ 'ਚ ਲਪੇਟ ਕੇ ਤੇ ਇੱਥੋਂ ਜਾਣ ਲੱਗਾ ਮੈਂ ਭੱਜਦਾ ਭੱਜਦਾ ਇਸ ਰਾਹ ਦੇ ਉੱਤੇ ਆ ਗਿਆ ਤੇ ਇਹਨਾਂ ਨੇ ਮੈਨੂੰ ਦੇਖ ਲਿਆ ਤੇ ਇਹ ਵੀ ਮੇਰੇ ਪਿੱਛੇ ਆ ਗਏ ਨੇ ਕਹਿੰਦੇ ਇਹਨਾਂ ਤੋਂ ਬਚਦਾ ਬਚਾਂਦਾ ਇੱਥੇ ਆਇਆ ਹੁਣ ਉਹ ਲੱਕੜਹਾਰਾ ਬੜਾ ਤਰਮਾਤਮਾ ਬੰਦਾ ਸੀ ਹਰ ਇੱਕ ਦੀ ਮਦਦ ਕਰਨ ਵਾਲਾ ਸੀ ਉਹ ਤੇ ਛੋਟੀ ਕੀੜੀ ਤੋਂ ਲੈ ਕੇ ਨਾ ਤੇ ਹਰ ਇੱਕ ਜੀ ਦੀ ਮਦਦ ਦੀ ਭਾਵਨਾ ਰੱਖਦਾ ਸੀ ਕਹਿੰਦਾ ਸੀ ਇਹ ਤੇਰੇ ਨਗਰ ਫੇਰ ਜਾਣਗੇ ਤੈਨੂੰ ਆਸੇ-ਪਾਸੇ ਫੇਰ ਲੱਭਣਗੇ ਇੱਥੇ ਨਾਲ ਹੀ ਮੇਰਾ ਨਗਰ ਉੱਥੇ ਮੈਂ ਰਹਿਣਾ ਤੂੰ ਅੱਜ ਰਾਤ ਮੇਰੇ ਕੋਲ ਗੁਜ਼ਾਰ ਲੈ ਸਵੇਰੇ ਤੂੰ ਚਲਾ ਜਾਵੇਂ ਕੋਈ ਆਪਣਾ ਹਿੱਲਾ-ਵਸੀਲਾ ਕਰ ਲਿਆ ਕਿਹਾ ਠੀਕ ਹੈ ਹੁਣ ਉਹਨੂੰ ਲੈ ਕੇ ਤੇ ਆਪਣੇ ਘਰ ਚਲਾ ਗਿਆ ਹੁਣ ਉਹਦੇ ਘਰ ਵਾਲੀ ਕਹਿੰਦੀ ਵੀ ਅੱਜ ਬੜਾ ਸਮਾਂ ਹੋ ਗਿਆ ਵੀ ਤੁਸੀਂ ਇੰਨੀ ਲੇਟ ਤਾਂ ਕਦੀ ਨਹੀਂ ਆਏ ਤੇ ਅੱਜ ਕਿਵੇਂ ਲੇਟ ਹੋ ਗਏ ਉਹਦੇ ਨਾਲ ਸੇਠ ਨੂੰ ਦੇਖ ਕੇ ਪੁੱਛਿਆ ਵੀ ਇਹ ਕੋਣ ਹੈ ਉਨੇ ਦਸਿਆਬੇ ਨਾਲ ਦੇ ਨਗਰ ਦਾ ਸੇਠ ਹੈ ਅੱਜ ਦੇ ਰਾਤ ਆਪਣੇ ਕਾਰੇ ਗੁਜ਼ਾਰੇਗਾ ਸੇਠ ਤੇ ਹੱਥ ਵੱਡੀ ਸਾਰੀ ਪੋਟਲੀ ਦੇ ਕੇ ਪੁੱਛਿਆ ਵੀ ਇਹ ਕੀ ਹੈ ਉਹਨੇ ਕਿਹਾ ਵੀ ਸੇਠ ਦੀ ਸਾਰੀ ਉਮਰ ਦੀ ਜਮਾ ਪੂੰਜੀ ਹੈ ਸੇਠ ਦੇ ਪਿੱਛੇ ਕੁਝ ਜਿਹੜੇ ਸਨ ਚੋਰ ਡਕੈਤ ਲੱਗੇ ਸਨ ਤੇ ਉਸ ਤੋਂ ਬਚਦੇ ਬਚਾਉਂਦੇ ਸੇਠ ਇੱਥੋਂ ਤੱਕ ਪਹੁੰਚਿਆ ਜਦੋਂ ਉਹਦੀ ਘਰ ਵਾਲੀ ਨੇ ਇਹ ਗੱਲ ਸੁਣੀ ਉਹਦਾ ਜਿਹੜਾ ਸੀ ਮਨ ਲਾਲਚ ਨਾਲ ਭਰ ਆਇਆ ਕਹਿੰਦੀ ਸੇਠ ਵੇਖ ਜੇਕਰ ਉਹ ਇੱਥੇ ਫੇਰ ਆਗੇ ਇਨੂੰ ਫੜ ਕੇ ਲੈ ਗਏ ਇਸ ਤੋਂ ਚੰਗਾ ਤੂੰ ਇਹ ਸਾਰੀ ਪੋਟਲੀ ਮੇਰੇ ਕੋਲ ਰੱਖ ਦੇ ਤੇ ਘੱਟ ਤੋਂ ਘੱਟ ਤੇਰੀ ਪੋਟਲੀ ਤੇ ਬਾਤ ਚ ਆਵੇਗੀ ਹੁਣ ਜਦੋਂ ਇਹ ਗੱਲ ਸੁਣੀ ਤਾਂ ਲੱਕੜਹਾਰੇ ਨੂੰ ਪਤਾ ਲੱਗ ਗਿਆ ਵੀ ਮੇਰੀ ਘਰ ਵਾਲੇ ਦੇ ਮਨ 'ਚ ਬਹੁਤ ਲਾਲਚ ਆ ਗਿਆ ਉਹਨੇ ਕਿਹਾ ਸੇਠ ਇਸ ਤੋਂ ਚੰਗਾ ਤੂੰ ਐਵੇਂ ਕਰ ਵੀ ਸਾਡੇਪ ਕਰਦੇ ਅੱਗੇ ਵੇੜ ਐ ਇਸੇ ਕਿਸੇ ਕੋਨੇ ਦੇ ਵਿੱਚ ਤੂੰ ਖੱਡਾ ਪੁੱਟ ਤੇ ਉੱਥੇ ਰੱਖ ਦੇ ਸੇਠ ਨੂੰ ਇਹ ਗੱਲ ਜਾਇਜ਼ ਲੱਗੀ ਸੇਠ ਨੇ ਖੱਡਾ ਪੁੱਟਿਆ ਤੇ ਵਿੱਚ ਜਾ ਕੇ ਉਹ ਸਾਰੀ ਵੱਡੀ ਸਾਰੀ ਪੋਟਲੀ ਰੱਖ ਦਿੱਤੀ ਤੇ ਉਤੋਂ ਨੱਪ ਦਿੱਤੀ ਪ੍ਰਸ਼ਾਦਾ ਪਾਣੀ ਖਾ ਕੇ ਤੇ ਹੁਣ ਉਸ ਹੋ ਗਏ ਪਰ ਲੱਕੜਹਾਰੇ ਨੂੰ ਹੁਣ ਨੀਂਦ ਨਹੀਂ ਸੀ ਆਉਂਦੀ ਲੱਕੜਹਾਰੇ ਦੇ ਮਨ ਚ ਸੀ ਵੀ ਮੈਂ ਇੰਨੇ ਵਰਿਆਂ ਤੋਂ ਆਪਣੇ ਘਰ ਧਨ ਰਾਸ਼ੀ ਜੋੜੀਏ ਜੇ ਕਿਤੇ ਉਹ ਦਕੈਤ ਇੱਥੇ ਆ ਗਏ ਤੇ ਮੇਰੀ ਧਨ ਰਾਸ਼ੀ ਲੁੱਟ ਪਸ ਉੱਠ ਕੇ ਨਾ ਲੈ ਜਾਣ ਉਹ ਉੱਠਿਆ ਹੁਣ ਉਹ ਜਿੱਥੋਂ ਲੱਕਣਾ ਵੱਡਦਾ ਸੀ ਉੱਥੇ ਜਾ ਕੇ ਰੁੱਖ ਦੇ ਥੱਲੇ ਟੋਆ ਪੁੱਟਿਆ ਤੇ ਉੱਥੇ ਜਾ ਕੇ ਨੱਪ ਕੇ ਤੇ ਘਰ ਵਾਪਸ ਆ ਗਿਆ ਕਹਿੰਦੇ ਉਹ ਦਕੈਤਾਂ ਨੂੰ ਕਿਤੋਂ ਸੋ ਮਿਲ ਗਈ ਵੀ ਉਹ ਸੇਡ ਇਨਾਂ ਦੇ ਘਰ ਹੈ ਕਹਿੰਦੇ ਅੱਧੀ ਕੋ ਰਾਤ ਹੋਈ ਤੇ ਦਕੈਤ ਉਹਦੇ ਘਰ ਆ ਗਏ ਉਸ ਦੇ ਘਰ ਆ ਕੇ ਉਹ ਲੱਕੜਹਾਰੇ ਨੂੰ ਕਿਹਾ ਵੀ ਤੂੰ ਸਾਨੂੰ ਝੂਠ ਬੋਲਿਆ ਸੀ ਤੂੰ ਇਹਦੀ ਜਾਨ ਬਚਾਉਣਾ ਚਾਹੁੰਦਾ ਸੀ ਜਿਹਨੇ ਦੂਜਿਆਂ ਦੀ ਰੱਤ ਕੱਤੀ ਹੋਵੇ ਤੂੰ ਉਹਦੀ ਕਿਉਂ ਜਾਨ ਬਚਾਉਂਦੇ ਹੁਣ ਜਾ ਤੇ ਸਾਨੂੰ ਦੱਸ ਦੇ ਵੀ ਸਾਰਾ ਖਜ਼ਾਨਾ ਕਿੱਥੇ ਹੈ ਨਹੀਂ ਤੇ ਆਪਣੀ ਜਾਨ ਤੋਂ ਹੱਥ ਤੋਣੇ ਪੈਣਗੇ ਕਹਿੰਦੇ ਇਹਨੇ ਨੂੰ ਕੀ ਸੇਠ ਨੇ ਕਿਹਾ ਵੀ ਮੇਰਕਲ ਤੱਕ ਖਜ਼ਾਨਾ ਹੈ ਹੀ ਨਹੀਂ ਉਹਦੀ ਪਤਨੀ ਨੂੰ ਕਿਹਾ ਵੀ ਤੇਰੇ ਬੱਚੇ ਤੇ ਤੇਰੀ ਪਤਨੀ ਦੇ ਹੁਣੇ ਜਾਨ ਜਾਵੇਗੀ ਕਹਿੰਦੇ ਉਹਦੀ ਪਤਨੀ ਨੇ ਡਰ ਕੇ ਕਿਹਾ ਵੀ ਸਾਡੇ ਵਿਹੜੇ ਦੇ ਵਿੱਚ ਉੱਥੇ ਸਾਰਾ ਖਜ਼ਾਨਾ ਦੱਬਿਆ ਪਿਆ ਉਹਦੀ ਪਤਨੀ ਉਹਨੂੰ ਉਸ ਥਾਂ ਤੇ ਲੈ ਗਈ ਬੜਾ ਡੂੰਗਾ ਪੁੱਟਿਆ ਪਰ ਉੱਥੇ ਤਾਂ ਖਜ਼ਾਨਾ ਹੈ ਹੀ ਨਹੀਂ ਸੀ ਹੁਣ ਉਹ ਡਕੈਟ ਜਿਹੜਾ ਸੀ ਉਹ ਕਹਿੰਦਾ ਵੀ ਸਾਨੂੰ ਤੂੰ ਦੁਪਹਿਰਾਂ ਵੇਲੇ ਵੀ ਸਾਡੇ ਨਾਲ ਠੱਗੀ ਠੋਰੀ ਕੀਤੀ ਤੇ ਹੁਣ ਵੀ ਸਾਨੂੰ ਤੂੰ ਝੂਠ ਬੋਲੰਦਿਆ ਕਹਿੰਦੇ ਮੈਂ ਤੇਰੇ ਹੁਣੇ ਹੀ ਪ੍ਰਾਣ ਹਰ ਲਾਂਗਾ ਕਹਿੰਦੇ ਉਹਦੇ ਵੱਲ ਕਰਕੇ ਜਿਵੇਂ ਉਹਦੇ ਤੇ ਵਾਰ ਕਰਨ ਲੱਗਾ ਕਹਿੰਦੇ ਐਨੇ ਨੂੰ ਸੇਠ ਕਹਿੰਦਾ ਵੀ ਤੁਹਾਨੂੰ ਧਨ ਰਾਸ਼ੀ ਚਾਹੀਦੀ ਨਾ ਚਲੋ ਮੇਰੇ ਨਾਲ ਮੈਂ ਹੁਣੇ ਧਨ ਰਾਸ਼ੀ ਦੇ ਦੇਣਾ ਪਰ ਇਹਦੇ ਬਦਲੇ ਤੁਸੀਂ ਮੇਰੇ ਨਾਲ ਵਾਅਦਾ ਕਰੋ ਵੀ ਇਹ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕਰੋਗੇ ਉਹਨੇ ਕਿਹਾ ਠੀਕ ਹੈ ਪਰ ਇਹ ਪਰਿਵਾਰ ਸਾਡੇ ਨਾਲ ਉਸ ਥਾਂ ਤੇ ਚਲੇਗਾ ਜੇਕਰ ਉੱਥੇ ਜਾ ਕੇ ਵੀ ਤੁਸੀਂ ਸਾਡੇ ਨਾਲ ਫੇਰ ਉਵੇਂ ਝੂਠ ਬੋਲਿਆਂ ਤੇ ਮੈਂ ਇਹਨਾਂ ਦੇ ਪ੍ਰਾਣ ਹਰ ਲਾਂਗਾ। ਸੇਠ ਨੇ ਕਿਹਾ ਠੀਕ ਐ ਮੈਂ ਝੂਠ ਨਹੀਂ ਬੋਲਾਂਗਾ। ਹੁਣ ਨਾ ਹੌਲੀ-ਹੌਲੀ ਤੁਰਦਾ ਉਹਨੂੰ ਜੰਗਲ ਦੇ ਵਿੱਚ ਲਈ ਜਾ ਰਿਹਾ ਸੀ। ਲੱਕੜਹਾਰਾ ਕਿੰਦਾ ਖਜ਼ਾਨਾ ਇਹਨੇ ਸਾਡੇ ਸਾਹਮਣੇ ਉਹ ਪੋਟਲੀ ਧੱਬੀ ਸੀ। ਪਰ ਇਹ ਸਾਨੂੰ ਜੰਗਲ ਦੇ ਵਿੱਚ ਕਿਉਂ ਲੈ ਕੇ ਆ ਰਿਹਾ? ਕਹਿੰਦੇ ਤੁਰਦੇ-ਤੁਰਦੇ ਉਹਨੂੰ ਉਸੇ ਥਾਂ ਤੇ ਲੈ ਕੇ ਆ ਗਏ ਜਿੱਥੇ ਉਹ ਲੱਕੜਹਾਰੇ ਨੇ ਆਪਣਾ ਸੋਨਾ ਨੱਪਿਆ ਹੋਇਆ ਸੀ। ਕਹਿੰਦੇ ਲੱਕੜਹਾਰਾ ਬੜਾ ਪਰੇਸ਼ਾਨ ਹੋ ਗਿਆ। ਮਿੱਥੇ ਤੇ ਮੈਂ ਸੋਨਾ ਨੱਪਿਆ ਸੀ ਇਹਨੂੰ ਕਿਵੇਂ ਪਤਾ ਲੱਗਾ? ਉਸ ਨੇ ਉਹ ਜੜ ਨੇ ਉਥੋਂ ਥੋੜਾ ਜਿਹਾ ਪੁੱਟਿਆ ਤੇ ਉਹ ਪੋਟਲੇ ਕੱਢ ਕੇ ਉਡਕੈਤਾ ਦੇ ਹੱਥ 'ਚ ਦੇ ਦਿੱਤੀ। ਡਕੈਤਾ ਨੂੰ ਕਿਹਾ ਵੀ ਤੁਹਾਨੂੰ ਇਹੀ ਚਾਹੀਦਾ ਸੀ ਨਾ ਆ ਲੋ। ਉਹਨਾਂ ਕਿਹਾ ਹਾਂ ਇਹਦੇ ਵਿੱਚ ਧਨ ਰਾਸ਼ੀ ਹੈ। ਆਪਾਂ ਨੂੰ ਸੇਠ ਦੀ ਧਨ ਰਾਸ਼ੀ ਮਿਲ ਗਈ ਹੈ। ਹੁਣ ਨਾ ਸਾਰਿਆਂ ਨੂੰ ਛੱਡੋ ਤੇ ਇੱਥੋਂ ਚੱਲਦੇ ਬਣੋ। ਐਨਾ ਕਹਿ ਕੇ ਤੇ ਉਥੋਂ ਚਲੇ ਗਏ। ਹੁਣ ਉਹ ਲੱਕੜਹਾਰੇ ਨੂੰ ਬੜਾ ਗੁੱਸਾ ਸੀ ਵੀ ਉਹਨੇ ਸਾਰੀ ਜ਼ਿੰਦਗੀ ਦੀ ਧਨ ਰਾਸ਼ੀ ਇੱਥੇ ਇਕੱਠੀ ਕੀਤੀ ਸੀ ਵੀ ਮੈਂ ਆਪਣੀ ਔਲਾਦ ਨੂੰ ਕੋਈ ਚੰਗਾ ਕੰਮ ਸ਼ੁਰੂ ਕਰਕੇ ਦਵਾਂਗਾ। ਸਿਰ ਤੇ ਛੱਤ ਹੋਵੇਗੀ ਕਿੰਨੇ ਸਾਰੀ ਉਮਰ ਦੂਜਿਆਂ ਦੀ ਮਦਦ ਕਰਦਾ ਰਿਆ ਤੇ ਉਹਦਾ ਸਿਲਾ ਅੱਜ ਕੀ ਮਿਲਿਆ ਇੰਨੇ ਨੂੰ ਸੀਟ ਨੇ ਕਿਹਾ ਵੀ ਦੇਖ ਮੈਨੂੰ ਪਤਾ ਹੈ ਤੂੰ ਇਸ ਵਕਤ ਮੇਰੇ ਤੇ ਗੁੱਸਾ ਕਰ ਰਿਹਾ ਹੋਵੇਗਾ ਤੇਰੇ ਮਨ ਚ ਹੋਵੇਗਾ ਕਿ ਮੈਂ ਔਖੇ ਸਮੇ ਇਹਦੀ ਮਦਦ ਕੀਤੀ ਤੇ ਐਨੇ ਮੇਰੇ ਨਾਲ ਛਲ ਕਪਟ ਕੀਤਾ ਉਹਨੇ ਕਿਹਾ ਦੇਖ ਮੈਂ ਤੇਰੇ ਨਾਲ ਕੋਈ ਛਲ ਕਪਟ ਨਹੀਂ ਕੀਤਾ ਮੈਂ ਜਾਣਦਾ ਕਿ ਜਿਹੜੀ ਤੇਰੀ ਤਨ ਰਾਸ਼ੀ ਇਨ੍ਹਾਂ ਕੋਲ ਗਈ ਹੈ ਉਹ ਬਹੁਤ ਘਟ ਹੈ ਪਰ ਜੋ ਮੇਰੀ ਤੰਦਰਾਸ਼ੀ ਹੈ ਉਹ ਸੋਨਾ ਚਾਂਦੀ ਹੀਰੇ ਜਵਾਰਾ ਤੇ ਬੜੇ ਸਾਰੇ ਗਹਿਣੇ ਗੱਟੇ ਨੇ ਉਹ ਰਾਸ਼ੀ ਤੇਰੀ ਇਸ ਰਾਸ਼ੀ ਨਾਲੋਂ ਕਈ ਗੁਣਾ ਵੇ ਮੈਂ ਉਸ ਰਾਸ਼ੀ ਚੋਂ ਅੱਧੀ ਰਾਸ਼ੀ ਤੈਨੂੰ ਦਵਾਂਗਾ ਉਂਝ ਵੀ ਤੇ ਮੇਰੀ ਸਾਰੀ ਲੁੱਟ ਪਸੁੱਟ ਹੋ ਜਾਣੀ ਸੀ ਪਰ ਤੂੰ ਉਸ ਰਾਸ਼ੀ ਦਾ ਅੱਧੇ ਦਾ ਹੱਕਦਾਰ ਹੈ ਉਹਨੇ ਹਸੀ ਖੁਸ਼ੀ ਆਪਣੀ ਜਿਹੜੀ ਰਾਸ਼ੀ ਸੀ ਉਹ ਉਹ ਰੋਕ ਤੋਂ ਥੋੜੀ ਦੂਰੀ ਤੇ ਕਰੋਥ ਲੋ ਪੱਟੀ ਤੇ ਅੱਧੀ ਉਹਨੂੰ ਦੇ ਦਿੱਤੀ ਕਿੰਦਾ ਤੂੰ ਮੇਰੀ ਮਦਦ ਕੀਤੀ ਤੇ ਮੈਂ ਅੱਜ ਤੇਰੀ ਮਦਦ ਕੀਤੀ ਇਨੇ ਨੂੰ ਉਹ ਕਹਿੰਦਾ ਸੀੜ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਮੈਂ ਆਪਣੀ ਧਨ ਰਾਸ਼ੀ ਇੱਥੇ ਨੱਪ ਕੇ ਗਿਆ ਕਹਿੰਦੇ ਜਦੋਂ ਤੈਨੂੰ ਨੀਂਦ ਨਹੀਂ ਸਿਆਰੀ ਉਸ ਸਮੇਂ ਮੈਨੂੰ ਵੀ ਨੀਂਦ ਨਹੀਂ ਸਿਆਰੀ ਮੈਂ ਦੇਖਿਆ ਤੂੰ ਉੱਠ ਕੇ ਘਰ ਤੋਂ ਬਾਹਰ ਜਾ ਰਿਹਾ ਮੈਨੂੰ ਲੱਗਾ ਤੂੰ ਵੀ ਉਹਨਾਂ ਦੇ ਨਾਲ ਰਲਿਆ ਹੋਇਆ ਕਹਿੰਦੇ ਮੈਂ ਤੇਰਾ ਪਿੱਛਾ ਕੀਤਾ ਮੈਂ ਤੇਰੇ ਪਿੱਛੇ ਪਿੱਛੇ ਆਇਆ ਤੂੰ ਆਪਣੀ ਧਨ ਰਾਸ਼ੀ ਇੱਥੇ ਨੱਪ ਕੇ ਗਿਆ ਤੇ ਉਸ ਤੋਂ ਬਾਅਦ ਮੈਂ ਜਾ ਕੇ ਤੇਰੇ ਤੋਂ ਪਹਿਲਾਂ ਹੀ ਘਰ ਸੌ ਗਿਆ ਤੇ ਆਪਣੀ ਧਨ ਰਾਸ਼ੀ ਉੱਥੋਂ ਕੱਢ ਕੇ ਤੇ ਦੁਬਾਰਾ ਇੱਥੇ ਦੱਬਣ ਆ ਗਿਆ ਉਨੇ ਕਿਆ ਮੈਂ ਸਾਰਾ ਕੁਝ ਤਾਂ ਕੀਤਾ ਕਿ ਤੇਰੀ ਧਨ ਰਾਸ਼ੀ ਕੁਝ ਸੀ ਇਹ ਚਲੀ ਵੀ ਜਾਂਦੀ ਤੇ ਮੈਂ ਤੈਨੂੰ ਦੇ ਦੇਣੀ ਸੀ ਪਰ ਮੇਰੀ ਸਾਰੀ ਅਮਰ ਦੀ ਧਨ ਰਾਸ਼ੀ ਤੇਰੀ ਧਨ ਰਾਸ਼ੀ ਨਾਲੋਂ 1000 ਗੁਣਾ ਸੀ ਹੁਣ ਦੇਖ ਤੈਨੂੰ ਉਹ ਥੋੜੇ ਜਿਹੇ ਦਾ ਖੋਏ ਦਾ ਕੋਈ ਗਮ ਨਹੀਂ ਹੋਣਾ ਕਿਉਂਕਿ ਮੈਂ ਤੈਨੂੰ ਬਹੁਤ ਸਾਰਾ ਧਨ ਦੇ ਦਿੱਤਾ ਉਨੇ ਕਿਆ ਹਾਂ ਤੁਸੀਂ ਮੈਨੂੰ ਬਹੁਤ ਧਨ ਦੇ ਦਿੱਤਾ ਕਹਿੰਦੇ ਮੈਨੂੰ ਅੱਜ ਪਤਾ ਚੱਲ ਗਿਆ ਚੰਗੀ ਨੀਂਦ ਹਮੇਸ਼ਾ ਆਪਣੇ ਘਰ ਪਰ ਦਿੰਦੀ ਹੈ ਤੇ ਜੋ ਦੂਜਿਆਂ ਦੀ ਮਦਦ ਕਰਦਾ ਹੈ ਹਰ ਪਰਮਾਤਮਾ ਉਦਾ ਹਮੇਸ਼ਾ ਸਾਥ ਦਿੰਦਾ ਓਦੇ ਦਿਨ ਬਦਲਨੇ ਲਾਜ਼ਮੀ ਨੇ ਕਿਸਮਤ ਨੂੰ ਬਦਲਨ ਦਾ ਬਸ ਇੱਕ ਹੀ ਉਪਾਏ ਦੂਜਿਆਂ ਦੀ ਮਦਦ ਕਰਨਾ ਕਿਸਮਤ ਦੀ ਖੇਡ ਪਰਮਾਤਮਾ ਦੇ ਹੱਥ ਹੈ ਪਰ ਕਰਮ ਤੁਹਾਡੇ ਹੱਥ ਨੇ ਜੋ ਕਰਮ ਕਰਦੇ ਉਹ ਕਦੇ ਵੀ ਵਾਂਝਾ ਨਹੀਂ ਰਹਿੰਦਾ ਇਹ ਗੱਲ ਮੈਨੂੰ ਅੱਜ ਪਤਾ ਚੱਲ ਗਈ ਦੂਜਿਆਂ ਦੀ ਮਦਦ ਕਰਨਾ ਸਭ ਤੋਂ ਉੱਤਮ ਦਾਣ ਤੇ ਸਭ ਤੋਂ ਚੰਗਾ ਉਪਾਏ ਕਿਸਮਤ ਨੂੰ ਬਦਲਦਾ ਹੁਣ ਏ ਕਹਿ ਕੇ ਸੇਠ ਆਪਣੇ ਰਾਹ ਤੇ ਉਹ ਆਪਣੇ ਰਾਹ ਆ ਗਿਆ ਇੱਕ ਵਾਰ ਨਾ ਇੱਕ ਦਰਿਆ ਦੇ ਕੰਢੇ ਇੱਕ ਛੋਟਾ ਜਿਹਾ ਨਗਰ ਸੀ ਕਿੰਦੇ ਉਸ ਨਗਰ ਦੇ ਵਿੱਚ ਸਾਰੇ ਲੋਕ ਹੀ ਬੜੇ ਅਮੀਰ ਸਨ ਪਰ ਇੱਕ ਮਨੁੱਖ ਸੀ ਉਥੇ ਕਿੰਦੇ ਉਹਦੇ ਕੋਲ ਨਾ ਤਾਂ ਕੋਈ ਜ਼ਮੀਨ ਦਾ ਟੁਕੜਾ ਸੀ ਤੇ ਨਾ ਹੀ ਕੋਈ ਉਹਦੇ ਕੋਲ ਹੋਰ ਧੰਦਾ ਸੀ ਕਿੰਦੇ ਦੂਜੇ ਲੋਕ ਨਾ ਉਹਦੇ ਨਾਲ ਹੀਣ ਭਾਵਨਾ ਰੱਖਿਆ ਕਰਦੇ ਸਨ ਕਿੰਦੇ ਦਰਿਆ ਦੇ ਵਿੱਚੋਂ ਮੱਛੀਆਂ ਫੜ ਕੇ ਤੇ ਕਿੰਦੇ ਆਪਣੇ ਜੀਵਨ ਦਾ ਨਰਿਵਾਹ ਕਰਿਆ ਕਰਦਾ ਸੀ ਕਿੰਦੇ ਉਹਦੇ ਜ਼ਿੰਦਗੀ ਦਾ ਇੱਕ ਨਿਯਮ ਸੀ ਜਿਨੀਆ ਮਛੀਆਂ ਅੱਜ ਫੜਦੀਆਂ ਕਹਿੰਦੇ ਉਸ ਨੂੰ ਪਹਿਲਾਂ ਸਾਰੀਆਂ ਨੂੰ ਵੇਚ ਵਟ ਕੇ ਤੇ ਫੇਰ ਹੀ ਹੋਰ ਮਛੀਆਂ ਜਾ ਕੇ ਫੜਿਆ ਕਰਦੇ ਸੀ ਕਹਿੰਦੇ ਜੋ ਧਨ ਰਾਸ਼ੀ ਮਿਲਦੀ ਉਹਦੇ ਨਾਲ ਦੂਜਿਆਂ ਦੀ ਮਦਦ ਵੀ ਕਰ ਦਿਆ ਕਰਦਾ ਸੀ ਕਹਿੰਦੇ ਮਨੁੱਖ ਨਾ ਐਵੇਂ ਤੇ ਮਨੁੱਖ ਦੇ ਰੱਬ ਪ੍ਰਮਾਤਮਾ ਜਿਹੜੇ ਨੇ ਉਹ ਜ਼ਰੂਰ ਸੁਣਦੇ ਨੇ ਕਹਿੰਦੇ ਇੱਕ ਦਿਨ ਉਹ ਦਰਿਆ ਦੇ ਕੰਢੇ ਸਾਰਾ ਦਿਨ ਬੈਠਾ ਰਿਹਾ ਕਹਿੰਦੇ ਕੋਈ ਮੱਛੀ ਉਹਦੇ ਹੱਥ ਨਾ ਆਈ ਕਹਿੰਦੇ ਜਦੋਂ ਸ਼ਾਮ ਨੂੰ ਘਰ ਆਉਣ ਲੱਗਾ ਨਾ ਤੇ ਇੱਕ ਮੱਛੀ ਉਹਦੇ ਹੱਥ ਆ ਗਈ ਕਿੰਦੇ ਹੁਣ ਉਹਨੂੰ ਫੜ ਕੇ ਉਹਨੂੰ ਘਰ ਲੈ ਆਇਆ ਵੀ ਸ਼ਾਮ ਹੋ ਗਈ ਏ ਹੁਣ ਤੇ ਬਾਜ਼ਾਰ ਵੀ ਬੰਦ ਹੋ ਗਏ ਘਰ ਲੈ ਕੇ ਆਇਆ ਤੇ ਉਹਦੀ ਪਤਨੀ ਨੇ ਕਿਹਾ ਵੀ ਹੋਰ ਤਾਂ ਖਾਣ ਨੂੰ ਕੁਝ ਨਹੀਂ ਹੈਗਾ ਚਲੋ ਐਵੇਂ ਕਰਦੀਆਂ ਵੀ ਇਹਨੂੰ ਹੀ ਅੱਜ ਬਣਾ ਕੇ ਤੇ ਆਪਣੇ ਬੱਚਿਆਂ ਨੂੰ ਦੇ ਦੇਣੀ ਉਹਨੇ ਕਿਹਾ ਠੀਕ ਹੈ ਉਹਨੂੰ ਜਦੋਂ ਵੱਢਦੀ ਹੈ ਨਾ ਤੇ ਕਹਿੰਦੇ ਉਹਦੇ ਵਿੱਚੋਂ ਨਾ ਇੱਕ ਬੜਾ ਬੇਸ਼ਕੀਮਤੀ ਮੋਤੀ ਨਿਕਲਦਾ ਕਹਿੰਦੇ ਉਹ ਮੋਤੀ ਦੀ ਚਮਕ ਨਾਲ ਉਹਦਾ ਸਾਰਾ ਘਰ ਜਿਹੜਾ ਉਹ ਚਮਕਣ ਲੱਗ ਜਾਂਦਾ ਹੈ ਕਹਿੰਦੇ ਆਪਣੇ ਘਰ ਵਾਲੇ ਨੂੰ ਬੜੀ ਜ਼ੋਰ ਕੀ ਆਵਾਜ਼ ਲਗਾਉਂਦੀ ਹੈ ਕਿੰਦੇ ਉਹਦੇ ਕੋਲ ਗਿਆ ਉਹਨੇ ਕਿਹਾ ਦੇਖੋ ਵੀ ਆ ਮੈਨੂੰ ਆ ਕੀ ਮਿਲਿਆ ਉਹਨੇ ਕਿਹਾ ਵੀ ਇਹਦੇ ਨਾਲ ਆਪਣਾ ਸਾਰਾ ਘਰ ਜਿਹੜਾ ਹੈ ਉਹ ਜਦਮਗਾਨ ਲੱਗ ਗਿਆ ਭਾਵ ਇਹ ਕੋਈ ਬੇਸ਼ਕੀਮਤੀ ਚੀਜ਼ ਹੈ ਕਹਿੰਦਾ ਮੈਨੂੰ ਦੇ ਮੈਂ ਹੁਣੇ ਸਨਿਆਰੇ ਦੇ ਕੋਲ ਲੈ ਕੇ ਜਾਣਾ ਇਹਦੇ ਬਦਲੇ ਜੋ ਮਿਲੇਗਾ ਤੇ ਉਹਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਵੀ ਉਹ ਥੋੜੀ ਸੌਖੀ ਹੋ ਜਾਏਗੀ ਕਹਿੰਦੀ ਠੀਕ ਹੈ ਉਸੇ ਸਮੇ ਉਸ ਸਨਿਆਰੇ ਦੇ ਕੋਲ ਨੂੰ ਲੈ ਕੇ ਗਿਆ ਕਿੰਦੇ ਹਨੇਰੇ ਰਾਸੀ ਪਰ ਉਹਦੇ ਚਾਨਣ ਦੇ ਨਾਲ ਜਦੋਂ ਜਾਂਦਿਆ ਸੀ ਤੇ ਉਹਦੇ ਚਾਨਣ ਦੇ ਨਾਲ ਇੰਨਾ ਪ੍ਰਕਾਸ਼ ਹੋਈ ਜਾਂਦਿਆ ਸੀ ਜਿਵੇਂ ਕਹਿੰਦੇ ਵੀ ਅੱਜ ਪੁੰਨਿਆਂ ਦੀ ਰਾਤ ਹੋਵੇ ਕਿੰਦੇ ਹੌਲੀ-ਹੌਲੀ ਸਨਿਆਰੇ ਦੇ ਕੋਲ ਪਹੁੰਚਿਆ ਸਨਿਆਰੇ ਦੇ ਕੋਲ ਜਾ ਕੇ ਉਹਨੇ ਕਿਹਾ ਵੀ ਆ ਮੈਨੂੰ ਇੱਕ ਚੀਜ਼ ਮਿਲੀ ਏ ਤੇ ਇਹਨੂੰ ਦੇਖ ਕੇ ਦੱਸੋ ਇਹਦਾ ਭਾਅ ਕਿੰਨਾ ਹੋਏ ਤੁਸੀਂ ਕਿੰਨਾ ਕੁ ਇਹਦਾ ਮੈਨੂੰ ਭਾਅ ਦੇ ਦੋਗੇ ਕਿੰਦੇ ਸਨਿਆਰੇ ਨੇ ਜਦੋਂ ਉਹਨੂੰ ਤੱਕਿਆ ਤੇ ਉਹਨੇ ਕਹ ਮੈਂ ਇੰਨੀ ਬੇਸ਼ਕੀਮਤੀ ਚੀਜ਼ ਏ ਵੀ ਇਹਦਾ ਭਾ ਮੈਂ ਤੈਨੂੰ ਨਹੀਂ ਦੇ ਸਕਦਾ ਹਾਂ ਤੂੰ ਵੱਡੇ ਨਗਰ ਸਵੇਰ ਚੱਲਾ ਜਾਈ ਉੱਥੇ ਜਾ ਕੇ ਜਿਹੜਾ ਵੱਡਾ ਸੁਨਿਆਰਾ ਤੂੰ ਉਹਨੂੰ ਦੇ ਦੀ ਉਹ ਤੈਨੂੰ ਇਸਦੀ ਕੀਮਤ ਜ਼ਰੂਰ ਅਦਾ ਕਰ ਦੇਗਾ ਮੈਂ ਤੈਨੂੰ ਇਸਦੀ ਕੀਮਤ ਨਹੀਂ ਅਦਾ ਕਰ ਸਕਦਾ ਗਿਆ ਠੀਕ ਹੈ ਸਵੇਰ ਹੋਈ ਤੇ ਵੱਡੇ ਨਗਰ ਜਾ ਕੇ ਉਹ ਸੁਨਿਆਰੇ ਦੇ ਕੋਲ ਗਿਆ ਉਹ ਸੁਨਿਆਰੇ ਨੂੰ ਜਿਹੜਾ ਕਹਿੰਦਾ ਵੀ ਮੈਂ ਤੁਹਾਡੇ ਕੋਲ ਇੱਕ ਬੇਸ਼ਕੀਮਤੀ ਚੀਜ਼ ਲੈ ਕੇ ਆਇਆ ਵਾ ਸਾਡੇ ਨਗਰ ਦੇ ਸੁਨਿਆਰੇ ਕੋਲ ਉਸ ਦੀ ਕੀਮਤ ਅਦਾ ਕਰਨ ਦੇ ਪੈਸੇ ਨਹੀਂ ਸਨ ਉਹਨੇ ਮੈਨੂੰ ਤੁਹਾਡੇ ਕੋਲ ਭੇਜਿਆ ਉਹਨੇ ਕਿਹਾ ਦਿਖਾ ਐਸੀ ਕੀ ਬੇਸ਼ਕੀਮਤੀ ਚੀਜ਼ ਲੈ ਕੇ ਆਇਆ ਜਦੋਂ ਉਸਨੇ ਦੇਖਿਆ ਤੇ ਉਹ ਵੀ ਹੈਰਾਨ ਰਹਿ ਗਿਆ ਉਹ ਕਹਿੰਦਾ ਇਹ ਇੰਨੀ ਬੇਸ਼ਕੀਮਤੀ ਚੀਜ਼ ਹੈ ਜਿਕਰ ਮੈਂ ਆਪਣੀ ਸਾਰੀ ਦੁਕਾਨ ਆਪਣੀ ਜ਼ਮੀਨ ਆਪਣੀ ਜਾਇਦਾਦ ਵੀ ਵੇਚਦਾ ਨਾ ਤੇ ਤਾਂ ਵੀ ਮੈਂ ਇਹਦੇ ਤੈਨੂੰ ਜਿਹੜੀ ਹੈ ਰਕਮ ਉਹ ਅਦਾ ਨਹੀਂ ਕਰ ਸਕਦਾ ਪਰ ਹਾਂ ਮੈਂ ਤੈਨੂੰ ਇਹਦੇ ਬਦਲੇ ਇੱਕ ਉਪਾਦ ਆ ਸਕਦਾ ਜੋ ਤੈਨੂੰ ਇਸ ਦੀ ਬੰਦ ਦੀ ਧਨ ਰਾਸ਼ੀ ਦੇ ਸਕਦੇ ਨੇ ਕਹਿੰਦੇ ਠੀਕ ਹੈ ਵੀ ਦੱਸ ਮੈਂ ਕਿਤੇ ਕੋਲ ਜਾਵਾਂ ਕਹਿੰਦੇ ਇਸ ਨਗਰ ਦੇ ਰਾਜੇ ਦੇ ਕੋਲ ਚਲਾ ਜਾ ਉਹ ਰਾਜੇ ਨੂੰ ਵਕ ਵਕ ਤਰਾਂ ਦੇ ਜਿਹੜੇ ਰਤਨ ਤੇ ਜਵਾਹਰ ਇਕੱਠੇ ਕਰਨ ਦੀ ਆਦਤ ਹੈ ਤੇ ਉਹ ਹੀ ਤੈਨੂੰ ਇਸ ਦਾ ਹੱਕ ਅਦਾ ਕਰ ਸਕਦੇ ਨੇ ਕਹਿੰਦੇ ਉਹ ਜਾ ਕੇ ਤੇ ਦਰਬਾਰੀਆਂ ਦੇ ਕੋਲ ਗਿਆ ਦਰਬਾਰੀਆਂ ਨੂੰ ਕਿਹਾ ਮੈਂ ਰਾਜੇ ਜੋਗੀ ਇੱਕ ਬੇਸ਼ਕੀਮਤੀ ਚੀਜ਼ ਲੈ ਕੇ ਆਇਆ ਵਾਂ ਰਾਜੇ ਨੇ ਜਿਹੜਾ ਉਹਦੇ ਦਰਬਾਰੀ ਸਨ ਉਹਦੇ ਕੱਪੜੇ ਵੇਖ ਕੇ ਕਹਿੰਦੇ ਵੀ ਇਹ ਕੀ ਲੈ ਕੇ ਆਇਆ ਹੋਣਾ ਜਦੋਂ ਉਹਨੂੰ ਚੀਜ਼ ਦਿਖਾਈ ਤਾਂ ਉਹ ਰਾਜੇ ਦੇ ਕੋਲ ਨੂੰ ਲੈ ਕੇ ਚਲੇ ਗਏ ਕਿ ਹਾ ਰਾਜਨ ਮੈਂ ਤੇਰੇ ਲਈ ਇੱਕ ਬੇਜ ਕੀਮਤੀ ਚੀਜ਼ ਲੈ ਕੇ ਆਇਆ ਮੈਂ ਉਸ ਦਾ ਹੱਕ ਲੈਣ ਆਇਆ ਰਾਜੇ ਨੇ ਅੱਖਿਆ ਠੀਕ ਹੈ ਹੁਣ ਰਾਜੇ ਨੂੰ ਵੱਖ-ਵੱਖ ਤਰ੍ਹਾਂ ਦੇ ਰਤਨ ਤੇ ਮੋਤੀ ਇਕੱਠੇ ਕਰਨ ਦਾ ਬੜਾ ਸ਼ੌਂਕ ਸੀ ਰਾਜੇ ਨੇ ਜਦੋਂ ਉਹਦੀ ਚਮਕ ਦੇਖੀ ਤੇ ਰਾਜਾ ਵੀ ਹੈਰਾਨ ਰਹਿ ਗਿਆ ਰਾਜਾ ਕਹਿੰਦਾ ਵੀ ਇਸ ਦੀ ਜਿਹੜੀ ਕੀਮਤ ਆ ਉਹ ਤਾਂ ਸ਼ਾਇਦ ਮੈਂ ਵੀ ਨਾ ਅਦਾ ਕਰ ਸਕਾਂ ਕਿੰਦੇ ਕੁਝ ਸਮਾਂ ਇੰਤਜ਼ਾਰ ਕਰੋ ਤੇ ਮੈਂ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਤੇ ਫਿਰ ਦੱਸ ਦੇਣਾ ਕੁਝ ਸਮੇਂ ਬਾਅਦ ਰਾਜਾ ਆਇਆ ਰਾਜਾ ਕਿੰਦਾ ਵੀ ਇਹਦੇ ਬਦਲੇ ਮੈਂ ਤੈਨੂੰ ਆਪਣੇ ਪੂਰੇ 8 ਘੰਟੇ ਆਪਣੇ ਖਜ਼ਾਨੇ ਦੇ ਵਿੱਚ ਜਾਣ ਲਈ ਦੇਣਾ ਤੂੰ 8 ਘੰਟੇ ਦੇ ਵਿੱਚ ਖਜ਼ਾਨੇ ਦੇ ਵਿੱਚੋਂ ਜੋ ਵੀ ਇਕੱਠਾ ਕਰਕੇ ਲੈ ਆਵੇਂ ਤੇ ਉਹ ਇਸ ਦੀ ਕੁਝ ਕੀਮਤ ਹੋ ਸਕਦੀ ਹੈ ਕਹਿੰਦੇ ਵੀ ਇਹਦੀ ਜਿੰਨੀ ਕੀਮਤ ਹੈ ਉਹ ਤਾਂ ਮੈਂ ਵੀ ਨਹੀਂ ਅਦਾ ਕਰ ਸਕਦਾ ਪਰ 8 ਘੰਟੇ ਤੂੰ ਮੇਰੇ ਖਜ਼ਾਨੇ ਦੇ ਵਿੱਚ ਬਿਤਾ ਕੇ ਉਥੋ ਜੋ ਵੀ ਇਕੱਠਾ ਕਰਕੇ ਉਸ ਤੋਂ ਬਾਅਦ ਆਏਗਾ ਉਹ ਤੇਰਾ ਹੋ ਜਾਏਗਾ ਬੜਾ ਖੁਸ਼ ਹੋਇਆ ਕਿੰਦੇ ਉਹਨੂੰ ਉਹਦੇ ਜਿਹੜੇ ਦਰਬਾਰੀ ਸਨ ਉਹ ਲੈ ਗਏ ਕਿੰਦੇ ਜਿੱਥੇ ਲੈ ਕੇ ਗਏ ਨਾ ਉੱਥੇ ਤਿੰਨ ਵੱਡੇ ਵੱਡੇ ਕਮਰੇ ਬਣੇ ਹੋਏ ਸਨ ਇੱਕ ਲਾਈਨ ਤੇ ਖੜੇ ਹੋ ਕੇ ਦਰਬਾਰੀਆਂ ਨੇ ਕਿਹਾ ਵੀ ਆਹ ਤਿੰਨ ਕਮਰੇ ਨੇ ਜਿਹੜਾ ਸਭ ਤੋਂ ਅੰਤਿਮ ਕਮਰਾ ਹੈ ਨਾ ਉਸ ਦੇ ਵਿੱਚ ਰਾਜੇ ਦਾ ਖਜ਼ਾਨਾ ਹੈ ਤੇਰੇ ਕੋਲ 8 ਘੰਟੇ ਨੇ 8 ਘੰਟਿਆਂ ਬਾਅਦ ਤੈਨੂੰ ਅਸੀਂ ਇੱਥੇ ਲੈਣ ਆਵਾਂਗੇ ਤੇ ਤੈਨੂੰ ਜੋ-ਜੋ ਚਾਹੀਦਾ ਹੈ ਉਹ ਤੂੰ ਲੈ ਕੇ ਤੇ ਚਲਾ ਜਾਵੇਂ ਉਹਨੇ ਕਿਹਾ ਠੀਕ ਹੈ ਹੁਣ ਜਦੋਂ ਅੱਗੇ ਜਾਂਦਾ ਨਾ ਸਭ ਤੋਂ ਪਹਿਲਾਂ ਇੱਕ ਵੱਡਾ ਸਾਰਾ ਕਮਰਾ ਆਉਂਦਾ। ਕਿੰਦੇ ਉਹਦੇ ਵਿੱਚ ਨਾ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣ ਰਹੇ ਹੁੰਦੇ ਨੇ ਤੇ ਉਹਦੀ ਖੁਸ਼ਬੂ ਜਦੋਂ ਉਹ ਉਹਦੇ ਮੱਛੀਆਂ ਫੜਨ ਵਾਲੇ ਦੇ ਕੋਲ ਆਉਂਦੀ ਹੈ ਨਾ ਤੇ ਐਵੇਂ ਦੀ ਖੁਸ਼ਬੂ ਨੇ ਕਦੀ ਨਹੀਂ ਦੇਖੀ ਹੁੰਦੀ ਤੇ ਉਹ ਉਸ ਜਿਹੜੀ ਖੁਸ਼ਬੂ ਦੇ ਨਾਲ ਮੁਗਤ ਹੋ ਜਾਂਦਾ। ਕਿੰਦਾ ਵੀ ਮਹਿਤੇ ਜ਼ਿੰਦਗੀ ਚ ਕਦੀ ਢਿੱਡ ਭਰ ਕੇ ਖਾਣਾ ਵੀ ਨਹੀਂ ਖਾਦਾ ਤੇ ਇਹ ਇੰਨੀ ਜ਼ਿਆਦੀ ਸੋਹਣੀ ਖੁਸ਼ਬੂ ਆਉਂਦੀ ਕਿੰਦੇ ਚਲੋ ਪਹਿਲਾਂ ਇੱਥੇ ਪ੍ਰਸ਼ਾਦਾ ਛਕ ਲਿਆ ਜਾਵੇ। ਅਜੇ ਤੇ ਮੈਨੂੰ 8 ਘੰਟੇ ਨੇ ਉਹ ਬਹੁਤ ਸਮਾਂ ਇੱਥੇ ਇਕੱਠਾ ਕਰਨ ਦਾ ਤੇ ਇਹਦੇ ਨਾਲ ਮੈਂ ਆਪਣੀ ਜ਼ਿੰਦਗੀ ਜਿਹੜੀ ਐ ਉਹ ਬੜੀ ਖੁਸ਼ੀਆਂ ਨਾਲ ਪਤੀਤ ਕਰ ਸਕਦਾ। ਕਹਿੰਦੇ ਅੰਦਰ ਗਿਆ ਉੱਥੇ ਤਰ੍ਹਾਂ-ਤਰ੍ਹਾਂ ਦੇ ਪਕਵਾਨਸ ਕਹਿੰਦੇ ਉੱਥੇ ਬੈਠ ਕੇ ਜਦੋਂ ਖਾਣਾ ਖਾਣ ਲੱਗਾ ਨਾ ਤੇ ਕਹਿੰਦੇ ਉਹਨੇ ਐਨੇ ਪਕਵਾਨ ਖਾਦੇ ਕਿ ਲਗਭਗ 2 ਘੰਟੇ ਦਾ ਸਮਾਂ ਉਹਨੇ ਖਾਣਾ ਖਾਣ ਦੇ ਵਿੱਚ ਬਤੀਤ ਕਰ ਦਿੱਤੇ। ਕਹਿੰਦੇ ਜਦੋਂ ਉਹਨੇ ਦੇਖਿਆ ਵੀ 2 ਘੰਟੇ ਦਾ ਸਮਾਂ ਹੋ ਗਿਆ ਉਹ ਛੇਤੀ ਦੇ ਨਾਲ ਪਹਾਰ ਆਇਆ। ਕਿੰਦੇ ਜਦੋਂ ਅਗਲੇ ਕਮਰੇ ਦੇ ਕੋਲੋਂ ਲੰਘਣ ਲੱਗਦਾ ਹੈ ਨਾ ਦੇਖਦਾ ਹੈ ਵੀ ਉਹ ਪੂਰਾ ਕਮਰਾ ਜਿਹੜਾ ਉਹ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਕਿੰਦੇ ਉੱਥੇ ਜਿਹੜੇ ਬਿਸਤਰ ਵਿਛੇ ਹੋਏ ਸਨ ਕਿੰਦੇ ਮਲਮਲ ਦੇ ਬਿਸਤਰ ਸਨ ਕਿੰਦੇ ਇੰਨੇ ਨਰਮ ਸਨ ਕਿ ਦੇਖ ਕੇ ਲੱਗਦਾ ਸੀ ਤੇ ਇਨ੍ਹਾਂ ਤੇ ਬੜੀ ਅੱਛੀ ਨੀਂਦਰ ਆਉਂਦੀ ਹੋਵੇਗੀ ਕਿੰਦੇ ਕਹਿੰਦਾ ਹਜੇ 6 ਘੰਟੇ ਮੇਰੇ ਕੋਲ ਹੋਰ ਪਏ ਨੇ ਜੇਕਰ ਮੈਂ ਕੋਈ ਸਮਾਂ ਆਰਾਮ ਵੀ ਕਰ ਲਾਂ ਤੇ ਢਿੱਡ ਭਰ ਕੇ ਖਾ ਵੀ ਲਿਆ ਆਰਾਮ ਵੀ ਕਰ ਲਾਂਗਾ ਤੇ ਫਿਰ ਜਾਦੀ თან ਰਾਸ਼ੀ ਇਕੱਠੀ ਕਰਕੇ ਆਪਣੇ ਘਰ ਨੂੰ ਮੈਂ ਲੈ ਕੇ ਜਾ ਸਕਦਾ ਕਹਿੰਦੇ ਇੰਨਾ ਸੋਚਣ ਦੀ ਧਿਆ ਸੀ ਤੇ ਅੰਦਰ ਜਾ ਕੇ ਜਦੋਂ ਬਿਸਤਰਾ ਨੂੰ ਹੱਥ ਲਾਉਂਦਾ ਹੈ ਚਾਦਰਾਂ ਨੂੰ ਹੱਥ ਲਾਉਂਦਾ ਤੇ ਦੇਖ ਕੇ ਬੜਾ ਹੈਰਾਨ ਹੁੰਦਾ ਕਹਿੰਦੇ ਉਸ ਤੇ ਕੁਝ ਘੜੀ ਕਹਿੰਦਾ ਲੰਮੇ ਪੈ ਜਾਣਾ ਕਹਿੰਦੇ ਜਦੋਂ ਲੰਮਾ ਪਿਆ ਨਾ ਤੇ ਕਹਿੰਦੇ ਐਸੀ ਗਹਿਰੀ ਨੀਂਦ ਚਲਾ ਗਿਆ ਕਿ ਕਹਿੰਦੇ ਉਹਨੂੰ ਕਿਸੇ ਆ ਕੇ ਝੰਜੋੜਿਆ ਕੁਝ ਸਮੇਂ ਬਾਅਦ ਵੀ ਉੱਠ ਕਹਿੰਦੇ ਜਦੋਂ ਉੱਠਿਆ ਤੇ ਉਹਨੂੰ ਇੱਕੋ ਦਮ ਜਾਗ ਗਿਆ ਕਿੰਦੇ ਹੜਬੜਾੜ ਚ ਕਿੰਦਾ ਮੈਂ ਛੇਤੀ ਛੇਤੀ ਹੁਣ ਖਜ਼ਾਨਾ ਇਕੱਠਾ ਕਰ ਲੈਣਾ ਵਾ ਕਿੰਦੇ ਇੰਨੇ ਨੂੰ ਉਹ ਦਰਬਾਰੀਆਂ ਨੇ ਕਿਹਾ ਕਿ ਤੈਨੂੰ 8 ਘੰਟੇ ਦਾ ਸਮਾਂ ਦਿੱਤਾ ਸੀ ਤੇ ਉਹ 8 ਘੰਟੇ ਦਾ ਸਮਾਂ ਤੂੰ ਪੂਰਾ ਕਰ ਲਿਆ ਉਹਨੇ ਦੇਖਿਆ ਵੀ ਉਹਦੇ ਇੱਕ ਪਾਸੇ ਰਾਜਾ ਵੀ ਖੜਾ ਹੋਇਆ ਰਾਜੇ ਨੇ ਕਿਹਾ ਜਿੰਨਾ ਤੈਨੂੰ ਸਮਾਂ ਦਿੱਤਾ ਸੀ ਉਹ ਤੋ ਪੂਰਾ ਕਰ ਚੁੱਕਿਆ ਹੁਣ ਤੂੰ ਇੱਥੋਂ ਇੱਜ਼ਤਮਾਨ ਦੇ ਨਾਲ ਚਲਾ ਜਾ ਉਹਨੇ ਕਿਹਾ ਰਾਜਨ ਜਿਹੜਾ ਤੁਸੀਂ ਸਮਾਂ ਦਿੱਤਾ ਸੀ ਉਹ ਮੇਰੇ ਲਈ ਬਹੁਤ ਥੋੜਾ ਸੀ ਮੈਨੂੰ ਕੁਝ ਸਮਾਂ ਹੋਰ ਦੇ ਦਿਓ ਕੁਝ ਮਿੰਟਾਂ ਦੀ ਮੌਲਤੀ ਦੇਦੋ ਜਿਸ ਤੇ ਨਾਲ ਮੈਨੂੰ ਜੋ ਖਜ਼ਾਨਾ ਮਿਲੇ ਮੈਂ ਉਹਨਾਂ ਨੂੰ ਤੇ ਲੈ ਕੇ ਚਲਾ ਜਾਵਾਂ ਰਾਜੇ ਨੇ ਕਿਹਾ ਤੈਨੂੰ ਪੂਰੇ 8 ਘੰਟੇ ਦਾ ਸਮਾਂ ਦਿੱਤਾ ਸੀ ਜਿਸ ਨੂੰ ਤੂੰ ਵਿਅਰਥ ਗਵਾ ਦਿੱਤਾ ਜੇਕਰ ਤੂੰ ਉਸ ਸਮੇਂ 8 ਘੰਟਿਆਂ ਨੂੰ ਚੰਗੀ ਤਰ੍ਹਾਂ ਵਰਤਦਾ ਤੇ ਤੂੰ ਇੰਨਾ ਖਜ਼ਾਨਾ ਇਕੱਠਾ ਕਰ ਸਕਦਾ ਸੀ ਕਿ ਤੂੰ ਇਸ ਤੋਂ ਵੀ ਚੰਗੇ ਪਦਾਰਥ ਰੋਜ਼ ਖਾ ਸਕਦਾ ਸੀ ਇਸ ਤੋਂ ਵੀ ਚੰਗੇ ਜਿਹੜੇ ਤੇਰੇ ਬਿਸਤਰ ਸਨ ਉਹ ਵਿਛਾ ਸਕਦਾ ਸੀ ਪਰ ਤੂੰ ਉਹ 8 ਘੰਟਿਆਂ ਦੇ ਸਿਰਫ ਖਾਣ ਤੇ ਸੌਣ ਵਿੱਚ ਗੁਜ਼ਾਰ ਦਿੱਤੇ ਜਿਸ ਦੇ ਨਾਲ ਹੁਣ ਤੂੰ ਖਾਲੀ ਹੱਥ ਰਹਿ ਗਿਆ ਰਾਜੇ ਨੇ ਕਿਹਾ ਇੱਜ਼ਤ ਮਾਨ ਨਾਲ ਜਾਏਗਾ ਨਹੀਂ ਤਾਂ ਦਰਬਾਰੀ ਬਾਹਰ ਕੱਢ ਕੇ ਆਉਣਗੇ ਉਹ ਫਿਰ ਵੀ ਕਹਿਣ ਲੱਗਾ ਕਿ ਕੁਝ ਸਮੇਂ ਦੀ ਮੌਲਤ ਤੋਂ ਦਰਬਾਰੀਆਂ ਨੇ ਉਹਨੇ ਚੁੱਕ ਕੇ ਤੇ ਰਾਜ ਮਹਿਲ ਤੋਂ ਬਾਹਰ ਸੇਟ ਦਿੱਤਾ ਹੁਣ ਉਹ ਖਾਲੀ ਹੱਥ ਜਾਂਦਾ ਸੋਚਣ ਲੱਗਾ ਕਿ ਮੈਂ ਮੂਰਖਤਾ ਕਰਕੇ ਪਾਵਲੋ ਮੈਨੂੰ ਦਿੱਤਾ ਗਿਆ ਮੌਕੇ ਨੂੰ ਮੈਂ ਠੁਕਰਾ ਦਿੱਤਾ ਤੇ ਮਾਰਾ ਜਾ ਕੇ ਤੇ ਮੱਛੀਆਂ ਫੜ ਕੇ ਤੇ ਉਵੇਂ ਹੀ ਨਿਰਵਾਹ ਕਰਨ ਲੱਗਾ ਪਰਮਾਤਮਾ ਹਰ ਇੱਕ ਨੂੰ ਮੌਕਾ ਦੇਂਦੇ ਕੋਈ ਉਸ ਨੂੰ ਸਾਂਭ ਕੇ ਤੇ ਜ਼ਿੰਦਗੀ ਬਦਲ ਲੈਂਦਾ ਤੇ ਕੋਈ ਉਸ ਨੂੰ ਗਵਾ ਕੇ ਤੇ ਗਰੀਬੀ 'ਚ ਜੀਵਨ ਬਤੀਤ ਕਰ ਰਿਹਾ ਕਰਦਾ ਰਹਿੰਦਾ ਆਪਾਂ ਸਾਬ ਨੂੰ ਵੀ ਇਹ ਹੁਣ ਸੋਚਣ ਦੀ ਲੋੜ ਹੈ ਕਿ ਆਪਾਂ ਇਸ ਵਾਂਗ ਤੇ ਨਹੀਂ ਬਣ ਗਏ ਇਸ ਸੰਸਾਰ ਦੇ ਸਾਗਰ ਵਿੱਚ ਆਪਾਂ ਸਿਰਫ ਆਰਾਮ ਨਾਲ ਖਾਣ ਤੇ ਸੌਣ ਤੇ ਨਹੀਂ ਰਹੇ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਇੱਥੇ ਭੇਜਿਆ ਵਿਆਪਾਂ ਚੰਗੇ ਕਰਮ ਕਰੀਏ ਦੂਜਿਆਂ ਦੀ ਮਦਦ ਕਰੀਏ ਜਿਸ ਨਾਲ ਨੇਕੀ ਦਾ ਖਜ਼ਾਨਾ ਵਧਦਾ ਹੀ ਜਾਏ ਕਿਉਂਕਿ ਨੇਕੀ ਦਾ ਖਜ਼ਾਨਾ ਹੀ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਕਰ ਦਿੰਦਾ ਹੈ ਗਰੀਬੀ ਦੂਰ ਕਰ ਦਿੰਦਾ ਹੈ ਦੇਖਣ ਦੀ ਜ਼ਰੂਰਤ ਹੈ ਕਿ ਆਪਾਂ ਕਿਤੇ ਮਾੜੇ ਕਰਮਾਂ ਵਿੱਚ ਫਸਤਾ ਨਹੀਂ ਗਏ ਹਮੇਸ਼ਾ ਯਾਦ ਰੱਖੋ ਪਰਮਾਤਮਾ ਨੇ ਇੱਕ ਨਿਸ਼ਚਿਤ ਸਮੇਂ ਲਈ ਆਪਾਂ ਨੂੰ ਇਸ ਧਰਤੀ ਦੇ ਉੱਤੇ ਭੇਜਿਆ ਤੇ ਉਹ ਸਮਾਂ ਇੱਕ ਨਾ ਇੱਕ ਦਿਨ ਖਤਮ ਹੋ ਜਾਵੇਗਾ ਆਪਾਂ ਨਿੰਦਰ ਤੋਂ ਉਠੀਏ ਤੇ ਸੋਚੀਏ ਕਿ ਆਪਾਂ ਵੀ ਹਾਥਾਈ ਮੌਕੇ ਤਾਂ ਨਹੀਂ ਗਵਾਰੇ ਕਿਤੇ ਸੌਣ ਖਾਨ ਵਿੱਚ ਇੰਨਾ ਵਿਅਸਤੇ ਨਹੀਂ ਹੋ ਕੇ ਕਿ ਚੰਗੇ ਕੰਮ ਕਰਨੇ ਆਪਾਂ ਬੰਦ ਹੀ ਕਰ ਦਿੱਤੇ ਨੇ ਉਤੋਂ ਦੂਰ ਹੋ ਗਏ ਆ ਤੇ ਜ਼ਿੰਦਗੀ ਵਿੱਚ ਸਿਰ ਤੇ ਸਿਰ ਪਰੇਸ਼ਾਨੀਆਂ ਆ ਗਿਆ ਨੇ ਫਿਰ ਇਹ ਸਭ ਤੋਂ ਬਚਣ ਲਈ ਆਓ ਅੱਜ ਤੋਂ ਚੰਗੇ ਕੰਮ ਕਰਨੇ ਆਰੰਭ ਕਰੀਏ ਕਿਉਂਕਿ ਚੰਗੇ ਕਰਮ ਹੀ ਆਪਣੀ ਕਿਸਮਤ ਬਦਲਦੇ ਨੇ